ਇਹ ਤਾਲੇ ਟੁੱਟੇ ਸੀ ਮੇਰੇ, ਤਾਲੇ ਦੋਵੇਂ ਨਵੇਂ ਲਾਏ ਮੈਂ। ਚੋਰ ਹੈ, ਕੋਈ ਡਰ ਨਹੀਂ ਮਹਾਰਾਜ, ਕੋਈ ਡਰ ਨਹੀਂ, ਕੋਈ ਪੁਲਿਸ ਦਾ ਨਹੀਂ, ਕੋਈ ਕੁਛ ਨਹੀਂ। ਸਰ ਨਸ਼ਾ ਇੰਨਾ ਕਦੀ ਚੁੱਕੇ ਦਾ ਨਾ, ਨਸ਼ਾ ਇੰਨਾ ਕਿ ਉਹ ਨਸ਼ੇੜੀ 24 ਘੰਟੇ ਆਉਂਦਾ ਧੁੰਦ ਰਹਿੰਦੇ ਨੇ, ਦੇਣਾ ਉਹਨਾਂ ਅਰੈਸਟ ਕਰ ਲੈਣੀ ਆ ਰਾਤੀ, ਬਸ ਉਹ ਦਿਖਦੇ ਰਹਿੰਦੇ, ਦੇਣਾ ਪੂਰੀ ਲੋਕੇਸ਼ਨ ਦੇ ਵਿੱਚ ਰਹਿੰਦੇ ਕਿਹੜੀ ਦੁਕਾਨ ਦਾ ਤਾਲਾ ਤੋੜਨਾ ਆ, ਕਿਉਂ ਨਸ਼ੇੜੀ ਤੁਸੀਂ ਪਤਾ ਵੈਸੇ ਹੀ ਹੁੰਦੇ ਦਿਮਾਗ ਫੱਟੇ ਦੇ ਹੁੰਦੇ ਨੇ, ਉਹ ਨਹੀਂ ਦੇਖਦੇ ਵੀ ਹਾਂਜੀ ਮਹਾਰਾਜ ਇਹ ਭਾਈ ਤਾਲਾ ਹੈ ਤੋੜਨਾ ਆ ਕੋਈ ਪਿੱਛਾ। ਇਹ ਮੇਰੇ ਛੋਟਾ ਬ੍ਰਦਰ ਹੈ ਨਾ, ਇਹ ਬੈਕ ਸਾਈਡ ਦਾ ਘਰ ਹੈ ਪਿੱਛਾ, ਉਹ ਸੁਣਦੇ ਲੇਕਿਨ ਉਹਨੇ ਪਤਾ ਹੀ ਨਹੀਂ ਹੈ। ਔਰ ਹੈ ਵੀ ਇਹ ਮਤਲਬ ਬਾਹਰ ਦੇ ਕੋਈ ਆਖੋ ਕਿ ਹਾਂ ਸਾਡੇ ਇੱਕ ਦਾ ਕੋਈ ਲੋਕਲ ਬੰਦਾ ਨਹੀਂ ਹੈ, ਜਿਹਦੇ ਵਿੱਚ ਚੋਰੀ ਕਰਦੇ ਨੇ ਇਹ ਸਾਰੇ ਜੰਮੂ ਦੇ ਨੇ, ਬਾਹਰ ਦੇ ਨੇ ਬੰਦੇ, ਇੱਥੇ ਬੰਦੇ ਲੋਕਲ ਕੋਈ ਨਹੀਂ ਹੈ, ਇਹ ਸਾਰੇ ਬੰਦੇ ਬਾਹਰ ਦੇ ਨੇ। ਕਿਸ ਤਰ੍ਹਾਂ ਦੀ ਮੰਗ ਚੱਲਦੀ ਹੈ? ਮੇਰੀ ਸ਼ਾਪ ਆਪਣੀ ਮੈਡੀਕਲ ਸ਼ਾਪ ਹੈ ਮੇਰੀ, ਇਹ ਸਾਹਮਣੇ ਵਾਲੀ ਦਵਾਈ ਦੀ ਦੁਕਾਨ, ਇਹ ਵੀ ਆਪਣੀ ਦੁਕਾਨ ਹੈ, ਆਪਣੇ ਵੱਡੇ ਸਾਰੇ ਵੀਰ ਨੇ, ਅਤੇ ਇਹਦੇ ਆਪਣੇ ਟੁੱਟੇ ਤਾਲੇ ਟੁੱਟੇ, ਇਹਨਾਂ ਦੋ ਤਿੰਨ ਵਾਰੀ ਅੱਗੇ ਵੀ ਹੋ ਗਈ ਚੋਰੀ, ਹੁੰਦੀ ਵੀਰ ਦੀ ਅੱਗੇ ਵੀ ਦੋ ਤਿੰਨ ਵਾਰ ਚੋਰੀ ਹੋ ਗਈ, ਇੱਥੇ ਬਾਹਰ ਦੇ ਬੰਦਾ ਚੋਰੀ ਕਰਦੇ ਨੇ। ਮੈਸੇਜ ਹੈ ਕਿ ਸਾਡੀ ਫਿਰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਸਾਨੂੰ, ਜਿਲ੍ਹੇ ਵੀ 3-4 ਵਾਰੀ ਮੇਰੀ ਅੱਗੇ ਚੋਰੀ ਹੋਈ ਹੈ, ਹਰ ਵਾਰੀ ਪੁਲਿਸ ਕੋਲ ਜਾਂਦੇ ਹਾਂ, ਹਾਂਜੀ ਇਹ ਹੋ ਰਿਹਾ ਕੁਛ ਨਹੀਂ ਹੁੰਦਾ ਮਸਲਾ, ਕੋਈ ਹੱਲ ਨਹੀਂ ਹੈ ਵੀ, ਅੱਗੇ ਵੀ ਇੱਕ ਵਾਰੀ ਮੈਂ ਚੋਰ ਪਕੜ ਕੇ ਵੀ ਦਿੱਤਾ ਲੇਕਿਨ ਕੋਈ ਉਹਦਾ ਹੱਲ ਨਹੀਂ ਹੈ, ਕੋਈ ਕਾਰਵਾਈ ਨਹੀਂ ਹੁੰਦੀ ਹੈ ਜੀ। ਹਾਂਜੀ ਹੋ ਰਿਹਾ ਫਿਰ 2-4 ਦਿਨ ਬਾਅਦ ਨਹੀਂ ਜੀ, ਉਹ ਮੰਨਦਾ ਹੀ ਨਹੀਂ, ਜਦੋਂ ਕੋਈ ਵੀਡੀਓ ਵਿੱਚ ਇਹਨੇ CCTV ਕਲਿਪਸ ਦਿੱਤੇ ਨੇ। ਅੱਜ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਕਾਰਵਾਈ ਕੀਤੀ, ਚੋਰ ਪਕੜਿਆ, ਨਹੀਂ ਜੀ ਇਹਦੇ ਕੋਲ ਹੈ ਹੀ ਕੁਛ ਨਹੀਂ ਹੈ, ਇਹ ਨਹੀਂ ਹੈ ਵੋ ਨਹੀਂ ਹੈ, ਇਹ ਮੰਨਦਾ ਨਹੀਂ, ਆਖਦਾ ਮੈਂ ਆਈ ਨਹੀਂ, ਜਦੋਂ ਕੋਈ CCTV ਕੈਮਰੇ ਵਿੱਚ ਬਿਲਕੁਲ ਕਲੀਅਰ ਦੱਸਦਾ ਲੱਭਦਾ ਬੰਦਾ ਉਹ। ਕੀ ਲੱਗਦਾ ਨਸ਼ੇ ਕਰਨ ਵਾਲੇ ਸਰ? ਹਾਂ ਨਸ਼ੇ ਤਾਂ ਕਰਦੇ ਹੀ ਨੇ, ਨਸ਼ੇ ਤਾਂ ਕਰਦੇ ਨੇ। ਕੀ ਮੰਗ ਕਰਦੇ ਹੋ ਸਰ? ਮੰਗ ਕੀ ਹੈ ਕਿ ਅੱਗੇ ਵਾਸਤੇ ਐਸਾ ਨਹੀਂ ਹੋਣਾ ਚਾਹੀਦਾ ਵੀ ਸਾਡੇ ਥੋੜ੍ਹੀ ਬਹੁਤ ਸਕਿਉਰਟੀ ਦਿੱਤੀ ਜਾਏ, ਨਾਕਾ ਲੱਗਿਆ ਜਾਏ ਇੱਥੇ ਰਾਤੀ, ਇੱਕ ਦੋ ਜਿਹੜਾ ਚੱਕਰ ਲੱਗੇ ਪੁਲਿਸ ਦਾ ਤਾਂ ਕਿਹਦੀ ਥੋੜ੍ਹਾ ਖੌਫ ਹੋਏ। ਇੱਥੇ ਰੱਖੇ ਦਾ ਅਤੇ ਇਸ ਦੁਕਾਨ ਤੋਂ ਐਂਟਰੀ ਨਹੀਂ ਕੀਤੀ ਦੀ ਉਹਨੇ, ਉਸ ਦੁਕਾਨ ਤੋਂ ਆਏ ਨੇ, ਉਹਨੇ ਤਾਲੇ ਤੋੜੇ ਦੇ, ਅਤੇ ਜਿਹਦੇ ਸਵੇਰਾ ਬੇਟਾ ਉੱਠਿਆ ਅਤੇ ਇਹਨੇ ਦੁਕਾਨ ਖੋਲ੍ਹੀ ਹੈ, ਅਤੇ ਇਹਦੇ ਪਾਪਾ ਸਾਡਾ ਅੰਦਰ ਰੂਮ ਹੈ, ਅਤੇ ਅਸੀਂ ਆਏ ਹਾਂ ਉੱਧਰੋਂ, ਅਤੇ ਉਹਨੇ ਆਖਿਆ ਕਿ ਤੂੰ ਰਾਤੀ ਦਾ ਗੱਲਾ ਇੱਥੇ ਛੋੜੀ ਡਾ, ਅਸੀਂ ਨਹੀਂ ਮੈਂ ਨਹੀਂ ਛੋੜਿਆ ਪਾਪਾ, ਅਤੇ ਇਹਨੇ ਦੁਕਾਨ ਖੋਲ੍ਹੀ ਹੈ, ਅਤੇ ਜਿਹੜਾ ਉਸ ਸਾਈਡ ਦੇਖਿਆ ਤਾਂ ਉੱਧਰ ਦੋ ਤਾਲੇ ਟੁੱਟੇ ਦੇ ਨੇ, ਦੋਨੋਂ ਤਾਲੇ ਟੁੱਟੇ ਦੇ, ਅਤੇ ਬਾਕੀ ਸਾਡੀ ਜੋ ਕੈਸ਼ ਸੀ ਉਹ ਲਈਏ, ਅਤੇ ਇੱਧਰ ਅਸੀਂ ਭਗਵਾਨ ਦਾ ਦੋ ਆਪਣੇ 10-20 ਪੰਜਾਂ ਚੜ੍ਹਦੇ ਸੀ, ਅਸੀਂ ਇੱਥੇ ਰੱਖਦੇ ਸੀ ਆਪਣਾ, ਉਹ ਲਈਏ ਦੇ, ਅਤੇ ਕੈਸ਼ ਉੱਧਰੋਂ ਵੀ ਲਈਏ ਦੇ ਅਤੇ ਇੱਧਰੋਂ ਵੀ ਲਈਏ ਦੇ। ਕਿੰਨੀ ਚੋਰੀ ਹੋਈ ਹੈ? 5-7 ਹਜ਼ਾਰ ਤਾਂ ਹੈ, ਹਾਂ ਨਾਰਮਲ ਕੰਨੇ ਸਾਡਾ ਘਰ ਹੈ, ਥੋੜ੍ਹੀ ਬਹੁਤੀ ਪੈਦੀ ਰਹਿੰਦੀ ਸਾਡੀ, ਪੈਸੇ ਮਤਾ ਸਕਦੇ ਕੌਣ, ਬਾਰ ਬਾਰ ਕੋਈ ਵਾਰੀ ਅੰਦਰੋਂ ਵੀ ਕੋਈ ਆ ਜਾਂਦਾ ਅਤੇ ਚੇਂਜ ਚੂੰਜ ਕੱਟਦੇ ਹੈ। ਇਹ ਲੱਗਦਾ ਚੋਰ ਆ ਗਈ, ਡਰ ਨਹੀਂ ਹੈ ਨਾਰਾ ਨਗਰ ਏਰੀਆ ਚੱਲਣ ਵਾਲਾ? ਪਤਾ ਨਹੀਂ ਭਾਈ, ਇਸ ਏਰੀਏ ਵਿੱਚ ਉਹ ਸਾਹਮਣੇ ਦੁਕਾਨ ਹੈ, ਉੱਥੇ ਦੇ 4-5 ਵਾਰੀ ਵਾਰਦਾਤ ਹੋ ਚੁੱਕੀ ਦੀ ਹੈ, ਅਤੇ ਸਾਡੇ ਜਿਹੜੇ 4-5 ਦੁਕਾਨਾਂ ਨੇ ਇੱਥੇ ਪਹਿਲੀ ਵਾਰੀ ਹੋਈ ਹੈ, ਇੱਧਰ ਕੋਈ ਹੈ ਹੀ ਨਹੀਂ ਹੈ, ਕੁਛ ਗਸ਼ਤ ਨਹੀਂ ਹੈ, ਪੁਲਿਸ ਦੀ ਕੋਈ ਕੁਛ ਨਹੀਂ ਹੈ, ਇਆਂ ਗਏ ਕੋਈ ਆਉਂਦਾ ਨਹੀਂ ਦਿਖਦਾ ਨਹੀਂ, ਸਟਰੀਟ ਲਾਈਟਾਂ ਸਾਡੀਆਂ ਖਰਾਬ ਨੇ, ਕੋਈ ਪਹਿਚਾਣ ਵੀ ਫੁਟੇਜ ਖੰਗਾ ਲਿਆ ਉਹਦੇ ਵਿੱਚ ਚਿਹਰਾ ਹੀ ਨਹੀਂ ਆਉਂਦਾ ਸਾਫ਼, ਕਿਉਂਕਿ ਉਹ ਸਟਰੀਟ ਲਾਈਟਾਂ ਖਰਾਬ ਨੇ, ਦਿਖਦੇ ਨਹੀਂ ਹਨ, ਮਿਊਂਸੀਪਲ ਕਮੇਟੀ ਵਾਲੇ ਪਰਚੀ ਕੱਟਣ ਆਈ ਜਾਂਦੇ ਨੇ ਹਰ ਮਹੀਨੇ, ਪਰਚੀ ਦਿਓ ਮਾਰੇ ਨਸ਼ੇੜੀ ਗਏ ਔਰ ਕੌਣ ਹੋ ਸਕਦੇ, ਦੇਖੋ ਨਾ ਜਿਹੜੇ ਨਸ਼ੇੜੀ ਗਏ ਜਿਹੜੇ ਲੋਕ ਆ, ਅਸੀਂ ਅੰਦਰ ਸੁੱਤੇ ਦੇ ਹਾਂ, ਅਸੀਂ ਆਪਣਾ ਡਰ ਹੋਈ ਆ ਇਹ, ਕਿ ਸਾਨੂੰ ਮਾਰੀ ਉੱਠਦੇ ਫਿਰ ਕੀ ਕਰਦੀ ਪੁਲਿਸ, ਬੱਚੇ ਨੇ ਸਾਡੇ ਛੋਟੇ, ਅਸੀਂ ਕੰਨੇ ਕੰਨੇ ਰਹਿੰਦੇ ਹਾਂ, ਫੈਮਲੀਆਂ ਨੇ ਸਸ 2-3 ਫੈਮਲੀਆਂ ਇਕੱਠੀਆਂ ਰਹਿੰਦੇ ਹਾਂ, ਇੱਧਰੋਂ ਵੜਦੇ ਅੰਦਰ ਹੋਰ ਵੀ ਕੁਛ ਵਾਰਦਾਤ ਕਰ ਸਕਦੇ ਹੈ, ਫਿਰ ਵੱਡਾ ਅੰਜਾਮ ਹੋ ਜਾਂਦਾ, ਫਿਰ ਪੁਲਿਸ ਨਾ ਆਉਣਾ, ਐਂ ਤੱਕ ਕੋਈ ਐਕਸ਼ਨ ਨਹੀਂ ਹੋਇਆ ਪੁਲਿਸ ਦਾ। ਮੰਗ ਇਹ ਕਰਦੇ ਹਾਂ ਭਈਆ, ਦੇਖੋ ਸੁਣੋ ਇੱਧਰ ਇਲਾਕੇ 'ਚ ਕੁਛ ਹੋਣਾ ਚਾਹੀਦਾ, ਕੋਈ ਸਿਕਿਉਰਿਟੀ ਹੋਣੀ ਚਾਹੀਦੀ, ਗਸ਼ਤ ਹੋਣੀ ਚਾਹੀਦੀ, ਕੋਈ ਇੱਕ ਵਾਰੀ ਆਏ ਨਾ ਉਹ ਆਪਣੇ ਕੀ ਨਾਮ ਦਾ SHO ਸਾਹਿਬ ਆਏ ਨੇ, ਉਹਨੇ ਬਸ 2-4 ਫੋਟੋ ਖਿੱਚੇ ਨੇ, ਬਸ ਉਹਦੇ ਬਾਅਦ ਕੋਈ ਕੁਛ ਨਹੀਂ ਹੈ। ਅਗਰ SSP ਸਾਹਿਬ ਤੁਹਾਨੂੰ ਦਿਖਾ ਰਹੇ ਤਾਂ ਕੀ ਮੈਸੇਜ ਦਿਓਗੇ?
ਮੈਸੇਜ ਸਰ ਇਹ ਹੈ ਇੱਧਰ ਸਾਡੀਆਂ ਜਿਹੜੀਆਂ ਸਟਰੀਟ ਲਾਈਟਾਂ ਥੋੜ੍ਹੀਆਂ ਠੀਕ ਕੀਤੀਆਂ ਜਾਣ, ਰਾਊਂਡ ਲਗਾਇਆ ਜਾਏ। ਕੋਈ ਅਜੇ ਤੱਕ ਮਤਲਬ ਕਿ ਉਹ ਆਖਦੇ ਕਿ ਅਸੀਂ ਐੱਫ ਆਈ ਆਰ ਦਰਜ ਨਹੀਂ ਕੀਤੀ ਹੋਈ ਹੈ। ਕਿਉਂ ਨਹੀਂ ਕੀਤੀ ਉਹਨੇ ਐੱਫ ਆਈ ਆਰ ਦਰਜ ਸਾਡੀ? ਅਸ ਉੱਧਰ ਐੱਸ ਐੱਚ ਓ ਸਾਹਿਬ ਇੱਧਰ ਆਏ ਨਾ, ਅਤੇ ਬਾਅਦ 'ਚ ਜਿਹੜਾ ਕੋਈ ਆਖਦੇ ਕਿ ਅਸੀਂ ਐੱਫ ਆਈ ਆਰ ਦਰਜ ਨਹੀਂ ਕੀਤੀ। 2 ਘੰਟੇ ਉਹ ਇੱਧਰ ਫੁਟੇਜ ਖੰਗਾਲੀਏ ਗਏ ਨੇ, ਕਿਆ ਉਹਦਾ ਫਰਜ਼ ਨਾ ਭਾਈ ਸਾਡੀ ਐੱਫ ਆਈ ਆਰ ਦਰਜ ਕਰਨਾ? ਉਹਨੇ ਆਖਣਾ ਆਉਣਾ ਨਾ ਸ਼ਾਂ ਲਿਖੇ ਸਾਡੇ ਤਾਲੇ ਚੁੱਕੀਏ ਲਈਏ। ਇਹ ਤਾਂ ਉਹਨੇ ਸਾਨੂੰ ਸਲਾਹ ਦੇਣੀ ਚਾਹੀਦੀ ਨਹੀਂ ਭਾਈ ਕਿਵੇਂ ਐੱਫ ਆਈ ਆਰ ਦਰਜ ਹੁੰਦੀ ਹੈ। ਅਸ ਤਾਂ ਗਏ ਆਪਣੇ ਕੋਲਾਂ ਸਾਰੇ ਦੁਕਾਨਦਾਰ ਇਕੱਠੇ ਹੋਈਏ ਗਏ ਹਾਂ, ਐੱਫ ਆਈ ਆਰ ਤਾਂ ਉਹਨੇ ਲਿਖਣੀ ਸੀ ਨਾ, ਅਸੀਂ ਥੋੜ੍ਹੀ ਲਿਖਣੀ ਸੀ। ਹੁਣ ਉਹ ਆਖਦੇ ਨੇ ਕਿ ਅਸੀਂ ਐੱਫ ਆਈ ਆਰ ਦਰਜ ਹੀ ਨਹੀਂ ਕੀਤੀ ਦੀ ਹੈ।